ਦੋਸਤੋ ਅੱਜ ਇੱਕ ਖਾਸ ਖਬਰ ਦੇ ਨਾਲ ਤੁਹਾਨੂੰ ਜੋੜਦੇ ਆਂ ਜਿੱਥੇ ਕਿ ਵਿਸ਼ਨੋਈ ਨੂੰ ਪੁਲਿਸ ਲੈ ਗਈ ਹੈ ਸੀਐਸਟਾਫ ਖਰੜ ਦੇ ਵਿੱਚ ਰੱਖਿਆ ਹੋਇਆ ਹੈ ਕਿ ਕਿੰਨੇ ਦਿਨ ਰਿਮਾਂਡ ਦਿੱਤਾ ਗਿਆ ਹੈ ਦਰਸਲ 7 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਹੈ ਪੰਜਾਬ ਪੁਲਿਸ ਨੂੰ 7 ਦਿਨਾਂ ਦੇ ਵਿੱਚ ਵੱਖੋ-ਵੱਖਰੇ ਪਹਿਲੂਆਂ ਦੇ ਉੱਪਰ ਪੁੱਛਗਿੱਛ ਕੀਤੀ ਜਾਏਗੀ ਏਜੀਟੀ ਐਫਰਟੀਮ ਜਿਹੜੀ ਹੈ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਲਾਰੈਂਸ ਬਿਸ਼ਨੋਈ ਤੋਂ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਕਿ ਸਿੱਧੂ ਮੂਸੇਵਾਲੇ ਦੇ ਕਤਲ ਹੋਏ ਨੂੰ ਅੱਜ 16 ਦਿਨ ਬੀਤ ਚੁੱਕੇ ਨੇ ਉੱਥੇ ਹੀ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਕਿ ਲਾਰੈਂਸ ਬਿਸ਼ਨੋਈ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ ਮੂਸੇਵਾਲੇ ਦੇ ਕਤਲ ਕਾਂਡ ਦਾ ਤੇ ਉੱਥੇ ਹੀ ਪੋਚ ਗੇ ਚ ਕੀਤੀ ਜਾ ਰਹੀ ਹੈ ਵੱਡੇ ਪੱਧਰ ਦੇ ਉੱਪਰ ਜਲਦੀ ਤੋਂ ਜਲਦੀ ਇਸ ਮਾਮਲੇ ਦੇ ਉੱਪਰ ਗੁੱਥੀ ਸੁਲਝਣ ਦੇ ਅਸਾਰ ਦੱਸੇ ਜਾ ਰਹੇ ਨੇ ਸਿੱਧੂ ਮੂਸੇਵਾਲਾ ਦੇ ਸ਼ੂਟਰਾਂ ਨੂੰ ਵੀ ਜਲਦੀ ਤੋਂ ਜਲਦੀ ਪਕੜ ਲਿਆ ਜਾਏਗਾ ਦਰਸਲ ਕਿਹਾ ਜਾ ਰਿਹਾ ਹੈ ਕਿ ਜੇਲ੍ਹ ਦੇ ਵਿੱਚ ਬੈਠ ਕੇ ਇੱਕ ਕੰਪਨੀ ਦੇ ਵਾਂਗ ਗੈਂਗਵਾਰ ਨੂੰ ਚਲਾਉਣਾ ਵਿਸ਼ਨੋਈ ਦਾ ਆਮ ਧੰਦਾ ਬਣ ਚੁੱਕਿਆ ਹੈ ਆਮ ਜਿਹਾ ਕੰਮ ਹੈ ਉਹਦੇ ਸੱਜੇ ਹੱਥ ਦੀ ਖੇਡ ਦੱਸੀ ਜਾ ਰਹੀ ਹੈ ਜਿਵੇਂ ਕਿ ਜੇਲ੍ਹ ਦੇ ਵਿੱਚ ਬੈਠ ਕੇ ਗੈਂਗਸਟਰਵਾਦ ਨੂੰ ਚਲਾਉਣਾ ਆਪਣੇ ਗੈਂਗਵਾਰ ਨੂੰ ਚਲਾਉਣਾ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਪੈਰ ਪਸਾਰਨੇ ਜੇਲ੍ਹ ਦੇ ਵਿੱਚੋਂ ਸਾਰੀ ਪਲੈਨਿੰਗ ਕੀਤੀ ਜਾਂਦੀ ਸੀ ਲਾਰੈਂਸ ਦੇ ਵੱਲੋਂ ਤੇ ਉੱਥੇ ਹੀ ਲਾਰੈਂਸ ਨੂੰ ਪਕੜ ਕੇ ਪੰਜਾਬ ਪੁਲਿਸ ਨੇ ਵੱਡੇ ਪੱਧਰ ਦੀ ਜਾਂਚ ਸ਼ੁਰੂ ਕੀਤੀ ਹੈ ਉਧਰ ਗੋਲਡੀ ਬਰਾੜ ਨੂੰ ਵੀ ਪੰਜਾਬ ਲਿਆ ਕੇ ਪੁੱਛਗਿੱਛ ਕੀਤੀ ਜਾਣੀ ਹੈ ਉਹਦੇ ਉੱਪਰ ਕਿਹਾ ਜਾ ਰਿਹਾ ਹੈ ਕਿ 3 ਡਿਗਰੀ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ ਜਿਵੇਂ ਕਿ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਖਰੜ ਸੀਏ ਸਟਾਫ ਦੇ ਵਿੱਚ ਰੱਖਿਆ ਗਿਆ ਹੈ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ ਉਸ ਤੋਂ ਬਾਅਦ ਕੁਝ ਹੋਰ ਗੱਲਾਂ ਸਾਹਮਣੇ ਆ ਸਕਦੀਆਂ ਨੇ ਕੁਝ ਹੋਰ ਵਿਚਾਰਾਂ ਸਾਹਮਣੇ ਆ ਸਕਦੇ ਨੇ ਇਸ ਮਾਮਲੇ ਦੇ ਵਿੱਚ ਜਿਵੇਂ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਨੂੰ ਲਾਰੈਂਸ ਬਿਸ਼ਨੋਈ ਨੇ ਮਰਵਾਇਆ ਹੈ ਕੁਝ ਕਿਹਾ ਜਾ ਰਿਹਾ ਹੈ ਕਿ ਲਾਰੈਂਸ ਨੇ ਬਿਆਨ ਦਿੱਤਾ ਹੈ ਕਿ ਸਿੱਧੂ ਮੂਸੇਵਾਲੇ ਨੂੰ ਜਾਨਵੁੱਝ ਕੇ ਮਰਵਾਇਆ ਗਿਆ ਅਸੀਂ ਆਪਣੇ ਗੈਂਗ ਦੇ ਉੱਪਰ ਇੱਕ ਗਾਣਾ ਲਿਖਣ ਤੇ ਗਾਉਣ ਦੇ ਲਈ ਕਿਹਾ ਸੀ ਸਿੱਧੂ ਮੂਸੇਵਾਲੇ ਨੂੰ ਪਰ 2 ਸਾਲ ਤੋਂ ਸਿੱਧੂ ਮੂਸੇਵਾਲੇ ਨੇ ਮਨਾਂ ਕਰ ਦਿੱਤਾ ਜਿਸ ਤੇ ਚਲਦੇ ਆ ਉਹਦੀ ਮੌਤ ਹੋਈ ਹੈ ਤੇ ਉਹਦੀ ਹੱਤਿਆ ਕਰ ਦਿੱਤੀ ਗਈ ਹੈ ਲਾਰੈਂਸ ਗਰੁੱਪ ਦੇ ਵੱਲੋਂ ਆਪਣੇ ਗੈਂਗ ਦੇ ਉੱਪਰ ਗਾਣਾ ਨਾ ਗਾਉਣ ਦੀ ਸੂਰਤ ਦੇ ਵਿੱਚ ਦਰਸਲ ਇੰਨੀ ਛੋਟੀ ਗੱਲ ਤੋਂ ਕਤਲ ਕਰ ਦੇਣਾ ਜਿਸ ਤੋਂ ਕਿ ਇਹ ਹਿਸਾਬ ਲਾਇਆ ਜਾ ਸਕਦਾ ਹੈ ਕਿ ਇਹ ਬੰਦੇ ਕਿੰਨੇ ਖਤਰਨਾਕ ਹੋਣਗੇ ਲਾਰੈਂਸ ਬਿਸ਼ਨੋਈ ਵਰਗਿਆਂ ਨੇ ਪੰਜਾਬ ਦਾ ਮਾਹੌਲ ਖਰਾਬ ਕਰ ਰੱਖਿਆ ਹੈ ਹਰਿਆਣਾ ਰਾਜਸਥਾਨ ਦੇ ਵਿੱਚ ਪੈਰ ਫਸਾਰੇ ਹੋਏ ਨੇ ਜਿੱਥੇ ਕਿ ਆਮ ਜਨਤਾ ਦਾ ਕਹਾਣ ਕਰਨਾ ਇਹਨਾਂ ਦਾ ਜਿਵੇਂ ਪੇਸ਼ਾ ਹੀ ਬਣ ਗਿਆ ਹੋਵੇ ਆਮ ਲੋਕਾਂ ਨੂੰ ਮਾਰ ਦੇਣਾ ਜਿਵੇਂ ਕਿ ਛੋਟੀ ਗੱਲ ਹੋਵੇ ਲੁੱਟਕਸੁੱਟ ਕਰਨਾ ਫਿਰ ਰੋਟੀਆਂ ਦੀਆਂ ਮੰਗਾਂ ਕਰਨੀਆਂ ਇਹਨਾਂ ਲੋਕਾਂ ਦਾ ਪੇਸ਼ਾ ਦੱਸਿਆ ਜਾ ਰਿਹਾ ਹੈ ਲਾਰੈਂਸ ਤੋਂ ਹੁਣ ਪੁੱਛ ਕੇ ਕੀਤੀ ਜਾ ਰਹੀ ਹੈ ਕੁਝ ਹੋਰ ਵੀ ਕੇਸ ਖੁੱਲ ਸਕਦੇ ਨੇ ਕੁਝ ਹੋਰ ਕੇਸਾਂ ਦੀਆਂ ਪਰਤਾਂ ਵੀ ਖੁੱਲ ਕੇ ਸਾਹਮਣੇ ਆ ਸਕਦੀਆਂ ਨੇ ਪਰ ਫਿਲਹਾਲ ਜਿਵੇਂ ਕਿ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਤੇ ਲਾਰੈਂਸ ਨੂੰ ਖਰੜ ਤੋਂ ਕਿਤੇ ਹੋਰ ਸ਼ਿਫਟ ਕਰਨ ਦੀ ਗੱਲ ਵੀ ਕੀਤੀ ਜਾ ਰਹੀ ਹੈ ਜਿੱਥੇ ਕਿ ਨਾ ਕੈਮਰਾ ਹੋਵੇ ਨਾ ਪਬਲਿਕ ਸਰਵੰਟ ਹੋਣ ਨਾ ਕਿ ਪਬਲਿਕ ਦਾ ਆਉਣਾ ਜਾਣਾ ਹੋਵੇ ਇਹ ਹੁਣ ਕਿਹਾ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਦੇ ਲਈ ਇੱਕ ਸਪੈਸ਼ਲ ਸੈੱਲ ਤਿਆਰ ਕੀਤਾ ਜਾਏਗਾ ਸਪੈਸ਼ਲ ਸੈੱਲ ਤੇ ਪੁਲਿਸ ਦੀ ਇੱਕ ਕੜੀ ਪਹਿਰੇਦਾਰੀ ਦੇ ਵਿੱਚ ਰੱਖਿਆ ਜਾਏਗਾ ਲਾਰੈਂਸ ਨੂੰ ਤੇ ਉਹਦੇ ਤੋਂ ਪੁੱਛਗਿੱਛ ਉੱਥੇ ਹੀ ਕੀਤੀ ਜਾਏਗੀ ਜਿੰਨੀ ਕੁ ਜਾਣਕਾਰੀ ਏਜੀਟੀਐਫ ਨੂੰ ਪ੍ਰਾਪਤ ਹੋਈ ਹੈ ਉਹਦੇ ਮੁਤਾਬਕ ਸਿੱਧੂ ਮੂਸੇਵਾਲੇ ਦੇ ਕਤਲ ਕੇਸ ਦੇ ਵਿੱਚ ਵੱਡੇ ਅਪਡੇਟ ਹੋ ਸਕਦੇ ਨੇ ਕਿਹਾ ਜਾ ਰਿਹਾ ਹੈ ਕਿ ਲਾਰੈਂਸ ਵੱਡੇ-ਵੱਡੇ ਚਿਹਰਿਆਂ ਦੇ ਨਾਂ ਵੀ ਲੈ ਸਕਦੇ ਨੇ ਲਾਰੈਂਸ ਦੇ ਵੱਲੋਂ ਕੁਝ ਪੰਜਾਬ ਦੇ ਵੱਡੇ ਲੀਡਰਾਂ ਦੇ ਨਾਂ ਵੀ ਇਸ ਕੇਸ ਦੇ ਨਾਲ ਜੋੜੇ ਜਾ ਸਕਦੇ ਨੇ ਪਰ ਉਹਨਾਂ ਤੇ ਵੀ ਕਾਰਵਾਈ ਜਲਦੀ ਤੋਂ ਜਲਦੀ ਦੇਖੀ ਜਾ ਸਕਦੀ ਹੈ ਉਹਨਾਂ ਦੇ ਉੱਪਰ ਜਲਦੀ ਤੋਂ ਜਲਦੀ ਕਾਰਵਾਈ ਹੋ ਸਕਦੀ ਹੈ ਲਾਰੈਂਸ ਬਿਸ਼ਨੋਈ ਨੇ ਆਪਣੇ ਵੱਲੋਂ ਪੱਤੇ ਖੋਲ ਦਿੱਤੇ ਨੇ ਉੱਥੇ ਹੀ ਵੱਡੀਆਂ ਕਾਰਵਾਈਆਂ ਦਿੱਖ ਰਹੀਆਂ ਨੇ ਵੱਡੀਆਂ ਕਾਰਵਾਈਆਂ ਹੁੰਦੀਆਂ ਵੀ ਨਜ਼ਰ ਆ ਰਹੀਆਂ ਨੇ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਦੇ ਵਿੱਚ ਕੁਝ ਵੱਡੇ ਚਿਹਰੇ ਵੀ ਸ਼ਾਮਲ ਦੱਸੇ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦਾ ਕਤਲ ਕਰਾਉਣ ਦੇ ਵਿੱਚ ਕਾਂਗਰਸ ਦੇ ਅਹਿਮ ਰੋਲ ਰਹੇ ਨੇ ਜਿੱਥੇ ਕਿ ਕਾਂਗਰਸ ਦੇ ਵਿੱਚੋਂ ਕੁਝ ਵੱਡੇ ਚਿਹਰੇ ਵਾਰ ਹੋ ਚੁੱਕੇ ਨੇ ਕਿਹਾ ਜਾ ਰਿਹਾ ਜਿਵੇਂ ਕਿ ਕਾਂਗਰਸ ਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਅਸਤੀਫਾ ਦੇ ਚੁੱਕੇ ਨੇ ਬਾਹਰ ਹੋ ਚੁੱਕੇ ਨੇ ਉਧਰ ਪਰਨੀਤ ਕੌਰ ਉਹਨਾਂ ਦੀ ਪਤਨੀ ਜੀ ਪਤਨੀ ਵੀ ਜੋ ਕਿ ਪਟਿਆਲਾ ਤੋਂ ਸੰਸਦ ਮੈਂਬਰ ਨੇ ਉਹ ਵੀ ਜਲਦੀ ਕਾਂਗਰਸ ਨੂੰ ਬਾਏ ਬਾਏ ਕਹਿ ਸਕਦੇ ਨੇ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਮਹਾਰਾਣੀ ਪਰਨੀਤ ਕੌਰ ਕਾਂਗਰਸ ਦਾ ਹਿੱਸਾ ਹੀ ਨਹੀਂ ਨੇ ਜਿਸ ਤੋਂ ਬਾਅਦ ਜਲਦੀ ਹੀ ਕਾਂਗਰਸ ਤੋਂ ਬਾਏ ਬਾਏ ਕਹਿਣ ਦੇ ਲਈ ਤਿਆਰ ਨੇ ਪਰਨੀਤ ਕੌਰ ਤੇ 2024 ਦੇ ਵਿੱਚ ਪਟਿਆਲੇ ਤੋਂ ਕਿਸੇ ਹੋਰ ਨੂੰ ਲੋਕ ਸਭਾ ਸੀਟ ਦੇ ਲਈ ਚੁਣਿਆ ਜਾਏਗਾ ਟਿਕਟ ਕਿਸੇ ਹੋਰ ਨੂੰ ਦਿੱਤੀ ਜਾਏਗੀ ਇਸ ਵਾਰ ਲਿਸਟ ਦੇ ਵਿੱਚੋਂ ਮਹਾਰਾਣੀ ਪ੍ਰਨੀਤ ਕੌਰ ਦਾ ਨਾਮ ਕੱਟ ਕਰ ਦਿੱਤਾ ਜਾਏਗਾ ਤੇ ਜਿਵੇਂ ਰਾਜਾ ਵੜਿੰਗ ਹੁਣ ਮੌਜੂਦਾ ਪ੍ਰਧਾਨ ਨੇ ਕਾਂਗਰਸ ਦੇ ਤੇ ਉਹਦੇ ਨਾਲ-ਨਾਲ ਨਵਜੋਤ ਸਿੰਘ ਸਿੱਧੂ ਵੀ ਬਾਹਰ ਹੋ ਚੁੱਕੇ ਨੇ ਉਹਨਾਂ ਨੂੰ ਜੇਲ੍ਹ ਹੋ ਚੁੱਕੀ ਐ ਤੇ ਉਧਰੋਂ ਸੁਨੀਲ ਜਾਖੜ ਵੀ ਜਾ ਚੁੱਕੇ ਨੇ ਕੇਵਲ ਸਿੰਘ ਢਿੱਲੋਂ ਵੀ ਇਸ ਦੇ ਵਿੱਚੋਂ ਬਾਹਰ ਹੋ ਚੁੱਕੇ ਨੇ ਉਧਰੋਂ ਸੁਖਜਿੰਦਰ ਰੰਧਾਵਾ ਵੀ ਇਸ ਚੀਜ਼ ਦੇ ਵਿੱਚੋਂ ਬਾਹਰ ਹੁੰਦੇ ਨਜ਼ਰ ਆ ਰਹੇ ਨੇ ਕਾਂਗਰਸ ਦੇ ਵਿੱਚ ਲਗਾਤਾਰ ਉਭਝਾਲ ਪਿਆ ਹੋਇਆ ਹੈ ਜੇ ਜਿਹੜੇ ਪੁਰਾਣੇ ਚਿਹਰੇ ਨੇ ਛੱਡ ਕੇ ਜਾ ਰਹੇ ਨੇ ਸੁਨੀਲ ਜਾਖੜ ਵੀ ਕਾਂਗਰਸ ਨੂੰ ਅਲਵਿਦਾ ਆਖ ਚੁੱਕੇ ਨੇ ਤੇ ਕਾਂਗਰਸ ਨੂੰ ਛੱਡਣ ਤੋਂ ਬਾਅਦ ਬੀਜੇਪੀ ਨੂੰ ਜੁਆਇਨ ਕਰਦੇ ਜਾ ਰਹੇ ਨੇ ਦਰਸਲ ਜਿਵੇਂ ਕਿਹਾ ਜਾ ਰਿਹਾ ਹੈ ਕਿ ਵੱਡੇ ਚਿਹਰੇ ਸਿਰਫ ਇੱਕ ਸਿੱਧੂ ਮੂਸੇਵਾਲਾ ਕਾਂਗਰਸ ਦੇ ਵਿੱਚ ਵਜੇ ਸੀ ਬਚੇ ਸੀ ਇੱਕ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਕਿ ਹੁਣ ਕਾਂਗਰਸ ਪ੍ਰਧਾਨ ਨੇ ਉਹ ਵੱਡੇ ਚਿਹਰੇ ਨੇ ਤੇ ਜਿਸਤੇ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਇੱਕ ਮੁੱਖ ਮੰਤਰੀ ਦੇ ਚਿਹਰੇ ਵੱਲੋਂ ਐਲਾਨਿਆ ਜਾਣਾ ਸੀ ਜਾਂ ਫਿਰ ਸਿੱਧੂ ਮੂਸੇਵਾਲਾ ਤੇ ਜਾਂ ਫਿਰ ਰਾਜਾ ਵੜਿੰਗ ਰਾਜਾ ਵੜਿੰਗ ਹੁਣ ਮੌਜੂਦਾ ਪ੍ਰਧਾਨ ਨੇ ਪ੍ਰਧਾਨਗੀ ਤੋਂ ਬਾਅਦ ਉਹਨਾਂ ਨੂੰ ਸੀਐਮ ਦਾ ਚਿਹਰਾ ਵੀ ਐਲਾਨਿਆ ਜਾ ਸਕਦਾ ਸੀ ਔਰ ਸਿੱਧੂ ਮੂਸੇਵਾਲੇ ਨੂੰ ਵੀ ਚਿਹਰਾ ਐਲਾਨਿਆ ਜਾ ਸਕਦਾ ਸੀ ਪਰ ਫਿਲਹਾਲ ਇਹ ਇੱਕ ਸੋਚਾਂ ਨੇ ਜੋ ਕਈਆਂ ਜਾ ਰਹੀਆਂ ਸੀ ਜਿਸ ਤੇ ਇਲਜ਼ਾਮ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਹੀ ਸਿੱਧੂ ਮੂਸੇਵਾਲੇ ਦਾ ਕਤਲ ਕਰਵਾਇਆ ਗਿਆ ਤੇ ਲਾਰੈਂਸ ਬਿਸ਼ਨੋਈ ਦੇ ਵੱਲੋਂ ਜਾਦਾ ਵੱਡੇ ਪੱਧਰ ਤੇ ਕਾਂਗਰਸ ਦਾ ਨਾਮ ਹੀ ਰੱਖਿਆ ਜਾਏਗਾ ਇਹ ਕੁਝ ਲੋਕਾਂ ਦਾ ਕਹਿਣਾ ਹੈ ਪਰ ਫਿਲਹਾਲ ਜਿੰਨੇ ਦੱਸਿਆ ਜਾ ਰਿਹਾ ਕਿ ਲਾਰੈਂਸ ਬਿਸ਼ਨੋਈ ਦਾ ਜਿਆਦਾ ਤੋਂ ਜਿਆਦਾ ਨੇੜਲਾ ਰਿਸ਼ਤਾ ਅਕਾਲੀ ਦਲ ਦੇ ਨਾਲ ਦੱਸਿਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਆਦਾ ਰਿਸ਼ਤਾ ਹੈ ਤੇ ਜਿਸ ਤਰ੍ਹਾਂ ਕਿ ਵਿੱਕੀ ਮਿੱਡੂ ਖੇੜਾ ਜਿਹੜਾ ਕਿ ਅਕਾਲੀ ਦਲ ਦਾ ਯੂਥ ਪ੍ਰਧਾਨ ਦੱਸਿਆ ਜਾ ਰਿਹਾ ਸੀਗਾ ਸੇ ਉਹਦੀ ਮੌਤ ਹੋ ਗਈ ਸੀ ਤੇ ਉਹਨਾਂ ਦਾ ਪੱਕਾ ਜਿਗਰੀ ਯਾਰ ਮੰਨਿਆ ਜਾ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਹਿਰੇ ਤਾਲੁਕਾਤ ਲਾਰੈਂਸ ਦੇ ਦੱਸੇ ਜਾ ਰਹੇ ਨੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਲਾਰਸ ਗੈਂਗ ਅਕਾਲੀ ਦਲ ਦਾ ਨਾਮ ਹੀ ਰੱਖੇਗਾ ਪਰ ਫਿਲਹਾਲ ਇਹਦੇ ਵਿੱਚ ਕੁਝ ਵੀ ਕਿਹਾ ਨਹੀਂ ਜਾ ਸਕਦਾ ਸਿੱਧੂ ਮੂਸੇਵਾਲੇ ਦੇ ਕਤਲ ਕੇਸ ਦੀ ਗੁੱਥੀ ਹੁਣ ਸੁਲਝਦੀ ਨਜ਼ਰ ਆ ਰਹੀ ਹੈ ਸਿੱਧੂ ਮੂਸੇਵਾਲੇ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਜਲਦੀ ਤੋਂ ਜਲਦੀ ਇਨਸਾਫ ਦਿਵਾਇਆ ਜਾ ਸਕਦਾ ਹੈ। ਕੁਝ ਕੁ ਬਸ ਘੰਟਿਆਂ ਦਾ ਫਰਕ ਹੋ ਸਕਦਾ ਹੈ, ਕੁਝ ਕੁ ਸਮੇਂ ਦਾ ਹੇਰ ਫੇਰ ਹੋ ਸਕਦਾ ਹੈ ਜਿਦੇ ਵਿੱਚ ਕੁਝ ਪੁਲਿਸ ਆਪਣੀ ਗੁੱਥੀ ਸੁਲਝਾ ਸਕਦੀ ਹੈ। ਪੁਲਿਸ ਨੇ ਆਪਣੇ ਵੱਲੋਂ ਤਿਆਰੀ ਕਰ ਲਈ ਹੈ ਤੇ ਪੰਜਾਬ ਪ੍ਰਸ਼ਾਸਨ ਹਰਕਤ ਦੇ ਵਿੱਚ ਹੈ। ਉੱਥੇ ਹੀ ਕੁਝ ਗੱਲਾਂ ਸਾਹਮਣੇ ਆ ਰਹੀਆਂ ਨੇ ਜਿਵੇਂ ਕਿ ਸਿੱਧੂ ਮੂਸੇਵਾਲੇ ਦੇ ਕਤਲ ਕੇਸ ਦੇ ਵਿੱਚ ਨਵੇਂ ਅਪਡੇਟ ਰੋੜ ਰਹੇ ਨੇ। ਲਾਰੈਂਸ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਦੇ ਰਿਮਾਂਡ ਤੋਂ ਬਾਅਦ ਕੁਝ ਗੱਲਾਂ ਛਿੜ ਚੁੱਕੀਆਂ ਨੇ ਮੂਸੇਵਾਲੇ ਦੇ ਜਲਦੀ ਤੋਂ ਜਲਦੀ ਰਾਜ ਜਿਹੜੇ ਨੇ ਖੋਲੇ ਜਾਣਗੇ ਮੂਸੇਵਾਲੇ ਦੇ ਕਤਲ ਕੇਸ ਦੇ ਉੱਪਰ ਉੱਥੇ ਹੀ ਕੁਝ ਵੱਡੀਆਂ ਅਪਡੇਟ ਇਸ ਕੇਸ ਦੇ ਨਾਲ ਜੁੜਦੀਆਂ ਆ ਰਹੀਆਂ ਨੇ ਸਾਹਮਣੇ ਆ ਰਹੇ ਨੇ ਕੁਝ ਇਹੋ ਜਿਹੇ ਪਹਿਲੂ ਜਿਦੇ ਵਿੱਚ 골ਡੀ ਬਰਾੜ ਨੂੰ ਵੀ ਰੱਖਿਆ ਜਾਏਗਾ ਲਿਆ ਕੇ ਪੰਜਾਬ ਦੇ ਵਿੱਚ ਸੀਐਸਟਾਫ ਦੇ ਵਿੱਚ ਤੇ ਉੱਤੇ 3 ਡਿਗਰੀ ਦਾ ਇਸਤੇਮਾਲ ਵੀ ਕੀਤਾ ਜਾਏਗਾ ਹੁਣ ਲਾਰੈਂਸ ਕਿੰਨਾ ਕਿੰਨਾ ਦੇ ਭੇਦ ਖੋਲਦੇ ਨੇ ਤੇ 골ਡੀ ਨੂੰ ਪੰਜਾਬ ਕਦੋਂ ਲਿਆਂਦਾ ਜਾਏਗਾ ਇਹ ਤੇ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ ਤੇ ਪੰਜਾਬ ਪ੍ਰਸ਼ਾਸਨ ਆਪਣੇ ਵਿੱਚ ਵੱਡੀ ਕਾਮਯਾਬੀ ਸਮਝਦਾ ਹੈ ਲਾਰੈਂਸ ਦਾ ਰਿਮਾਂਡ ਲੈਣ ਤੋਂ ਬਾਅਦ ਹੁਣ ਸਿੱਧੂ ਮੂਸੇਵਾਲੇ ਦੇ ਕਤਲ ਕੇਸ ਦੀ ਗੁੱਥੀ ਕੁਝ ਦਿਨਾਂ ਦੇ ਵਿੱਚ ਹੀ ਸੁਲਝ ਸਕਦੀ ਹੈ ਇਹ ਕਹਿਣਾ ਹੈ ਪੰਜਾਬ ਪ੍ਰਸ਼ਾਸਨ ਦਾ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ